ਜੀ ਮਸਾ ਪੁੱਜਿਆ। ਹਾਨੂੰ ਬੜੀ ਤਿਆਰੀ ਹੈ ਕਰਾਦਾ ਗੁੱਤਿਆਂ ਦਾ ਘੁੰਮਣ। ਗਾਇਸ ਟ੍ਰਿਪ ਨਿਕਲ ਚੁੱਲਿਆ। ਹਾਨੂੰ ਜਾਏਗਾ ਘੁੰਮੀ? ਜਾਏਗਾ ਕਹਾਂ ਜਾਏਗਾ? ਗਾਇਸ ਇਹ ਤਾਂ ਸਰਪ੍ਰਾਈਜ਼ ਹੈ ਤੁਹਾਡੇ ਲਈ। ਵੈਲਕਮ ਬੈਕ ਟੂ ਚੈਨਲ, ਹੋਪ ਯੂ ਆਰ ਡੂਇੰਗ ਵੈਲ। ਫਾਈਨਲੀ ਫਸਾ ਕਿੰਨੀ ਦੇਰ ਬਾਅਦ? 7-8 ਮਹੀਨੇ ਬਾਅਦ। ਪਹਿਲੇ ਪੈਕਿੰਗ ਕਰ ਲਈ ਫਿਰ ਤੁਹਾਨੂੰ ਮਿਲਦੇ ਹਾਂ। ਕੰਮ ਕੁੰਮ ਵੀ ਬੜਾ ਨਿਪਟਾਉਣ ਵਾਲਾ। ਗਾਇਸ ਆਲ ਤਿਆਰੀ ਇਜ਼ ਡਨ ਨਾਓ, ਫੇਸ਼ੀਅਲ ਟਾਈਮ। ਮੂੰਹ ਕਾਲੇ ਹੋ ਗਏ ਨੇ। ਲਾਸਟ ਟਾਈਮ ਜਦੋਂ ਬਾਲੀ ਗਈ ਉਦੋਂ ਮੂੰਹ ਵੇਖਣ ਵਾਲੇ ਸਾਡੇ ਚੰਗੇ ਕਾਲੇ ਕਰੂਟੇ ਜਿਹੇ ਹੋ ਗਏ ਸੀ ਉਦੋਂ। ਗਾਇਸ ਇਟਸ ਟਾਈਮ ਡਨ ਹੋ ਗਈ ਤੇ ਪੈਕਿੰਗ ਤੋਂ ਪਹਿਲਾਂ ਮੈਂ ਕਿ ਜਾਣ ਦਾ ਟ੍ਰਿਪ ਸਟਾਰਟ ਕਰਨ ਦੇ ਤੇ ਬਹੁਤ ਵੱਡਾ ਸਰਪ੍ਰਾਈਜ਼ ਇਹਨਾਂ ਚਾਹੀਦਾ। ਆਪਾਂ ਲੈ ਕੇ ਆਏ ਗਿਵ ਅਵੇ ਸਾਡੇ ਸਾਰਿਆਂ ਲਈ। ਇਹਦੇ ਨਾਲ ਕੋਈ ਪਾਰਟਿਸਪੇਟ ਕਰ ਸਕਦਾ ਵਾ ਵੀ ਬੋਇਜ਼ ਵੀ ਗਰਲਸ ਵੀ ਬੋਇਜ਼ ਮੰਮੀ ਆਪਣੀ ਸਿਸਟਰ ਆਪਣੀ ਵਾਈਫਸ ਆਪਣੀ ਗਰਲਫ੍ਰੈਂਡ ਵਾਸਤੇ ਕਰ ਸਕਦੇ ਆ ਤੇ ਗਰਲਸ ਆਪਣੇ ਲਈ ਓਬਵੀਅਸਲੀ ਗੱਲ ਆ। ਤੇ ਮੈਨੂੰ ਜ਼ੋਗ ਬ੍ਰੈਂਡ ਬਹੁਤ ਪਸੰਦ ਆ ਵੀ ਹਮੇਸ਼ਾ ਇੱਥੋਂ ਬੈਗਸ ਬਾਈ ਕਰਦੇ ਕਿਉਂਕਿ ਇਹ ਬੈਗਸ ਦੀ ਇੰਡੀਅਨ ਪ੍ਰਿੰਟ ਨੂੰ ਰਿਪ੍ਰੈਜੈਂਟ ਕਰਦੇ। ਵੈਸੇ ਇਹ ਬੜੇ ਲੈਦਰ ਬਹੁਤ ਸੌਫਟ ਹੁੰਦੀ ਆ ਵੀ ਤੇ ਮੈਂ ਤੇ ਬ੍ਰੈਂਡ ਮਤਲਬ ਕਿ ਆਹ ਦੇ ਬ੍ਰੈਂਡ ਸਾਰੇ ਬੈਗ ਘਸਾਤੇ ਆ, ਛੋਟੇ ਕਲਚ ਵਾਲੇ ਵੱਡੇ ਉਹ ਸਾਰੇ ਸਾਈਜ਼ ਘਸਾਤੇ ਦੇ। ਹੁਣ ਜਿੰਨੇ ਵੀ ਆ ਬੈਗ ਇਹ ਗਿਫਟ ਵਿੱਚ ਹੈਗਾ ਵਾ ਮੇਰਾ ਬੈਗ, ਜਿੰਨੇ ਵੀ ਇਹ ਬੈਗ ਵਿਨ ਕਰਨਾ ਵਾ ਫਸਟ ਸਟੈਪ ਹੈਗਾ ਕਿ ਤੁਹਾਨੂੰ ਇਹਦਾ ਜ਼ੋਗ ਦਾ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਐਂਡ ਇੰਸਟਾਗ੍ਰਾਮ ਚੈਨਲ ਦੋਨੋਂ। ਫਿਰ ਉਸ ਤੋਂ ਬਾਅਦ ਯੂਟਿਊਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ। ਸੈਕਿੰਡ ਸਟੈਪ ਹੈਗਾ ਕਿ ਤੁਹਾਨੂੰ ਆਪਣਾ ਫੇਵਰੇਟ ਪ੍ਰਿੰਟ ਦੱਸਣਾ ਵਾ, ਤੁਹਾਨੂੰ ਫੇਵਰੇਟ ਪ੍ਰਿੰਟ ਲਿਆ ਪਸੰਦ ਜ਼ੋਗ ਦੀ ਬ੍ਰਾਂਡ 'ਚ। ਐਂਡ ਥਰਡ ਸਟੈਪ ਹੈਗਾ ਵਾ ਕਿ ਤੁਸੀਂ ਮਤਲਬ ਕਿ ਫਸਟ ਆਫ ਆਲ ਆਪਣੇ ਫਰੈਂਡਸ ਨੂੰ ਇਨਵਾਈਟ ਕਰੋ ਕਿ ਜਾਓ ਮੇਰਾ ਚੈਨਲ ਸਬਸਕ੍ਰਾਈਬ ਕਰੋ, ਪ੍ਰਿੰਟ ਨਾਲ ਵਲੌਗ ਸਬਸਕ੍ਰਾਈਬ ਕਰੋ ਐਂਡ ਨਾਲ ਹੀ ਜ਼ੋਗ ਦੇ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰੋ, ਠੀਕ ਆ। ਫੋਰਥ ਸਟੈਪ ਇਜ਼ ਲਾਸਟ ਸਟੈਪ, ਡੋਂਟ ਫੋਰਗੈਟ ਟੂ ਕਮੈਂਟ ਔਨ ਜ਼ੋਗ ਦੀ ਫਸਟ ਲੇਟੈਸਟ ਕਮਿਊਨਿਟੀ ਪੋਸਟ, ਸੋਰੀ ਲੇਟੈਸਟ ਕਮਿਊਨਿਟੀ ਪੋਸਟ 'ਤੇ ਕਮੈਂਟ ਕਰਨਾ ਵਾ, ਉਹ ਨਾ ਬਿਲਕੁਲ ਭੁੱਲਿਓ ਵੀ। ਅਤੇ ਜਿੰਨੇ ਵੀ ਗਿਵਅਵੇ ਜਿੱਤਣਾ ਵਾ ਉਹ ਮੇਰੇ ਆਹ ਵੀਡੀਓ ਨੀਚੇ ਕਮੈਂਟ ਕਰੋ, ਵਿੱਚ ਪਾਰਟੀਸਪੇਟ ਕਰਨ ਲਈ ਮੈਂ ਤੁਸੀਂ ਮੇਰੇ ਚੈਨਲ 'ਤੇ ਕਮੈਂਟ ਕਰਨਾ ਵਾ ਮਤਲਬ ਕਿ ਮੇਰੇ ਵੀਡੀਓ 'ਚ ਕਮੈਂਟ ਕਰੋਗੇ ਕਿ ਤੁਹਾਨੂੰ ਫੇਵਰੇਟ ਜ਼ੋਗ ਦਾ ਪ੍ਰਿੰਟ ਕਿਹੜਾ ਪਸੰਦ ਆਵੇ। ਅਤੇ ਸੈਕਿੰਡ ਕੁਐਸਚਨ ਹੈਗਾ ਕਿ ਤਿੰਨ ਫੀਚਰ ਦੱਸੋ ਜ਼ੋਗ ਦੇ, ਜ਼ੋਗ ਦੇ ਬਾਰੇ ਤਿੰਨ ਫੀਚਰ। ਮੈਨੂੰ ਜਿਹੜਾ ਸਭ ਤੋਂ ਪਰਫੈਕਟ ਆਨਸਰ ਲਊਗਾ ਉਹ ਗਿਵਅਵੇ ਜਿੱਤੇਗਾ, ਉਹਦੇ ਘਰ ਹੀ ਬੈਗ ਕੋਰੀਅਰ ਹੋ ਜਾਏਗਾ ਵੀ। ਇਸ ਬੈਗ ਐਂਡ ਹੈਗਾ ਜੀ, ਬੈਗ ਬਹੁਤ ਵੱਡਾ ਜੀ ਨਾਲੇ। ਹਾਂ ਕਿ ਕਾਲਜ ਗਰਲਸ ਲਈ ਵੈਸੇ ਮੰਮੀ ਵਾਲੇ ਹਰ ਕੀ ਬੈਸਟ ਆ ਵੀ, ਮਦਰਸ ਦੀ ਤੂੰ ਕਿਤੇ ਮਕੀ ਸਮਾਨ ਤੇ ਬੜਾ ਕੈਰੀ ਕਰ ਸਕਦੇ ਹੋ। ਤੇ ਜਾਓ ਸ਼ੀਸ਼ੇ ਤੇ ਐਵਰੀਡੇ ਟੋਟ ਬੈਗ ਨੂੰ ਜਿੱਤੋ ਤੇ ਲੁਫਤ ਉਠਾਓ। ਗਾਇਸ ਗੁੱਡ ਮਾਰਨਿੰਗ, ਰਾਤ ਅੰਮਾ ਜਦੋਂ ਸੁੱਤੇ ਨੀਂਦ ਨਹੀਂ ਆਉਂਦੀ, ਐਕਸਾਈਟਮੈਂਟ ਬੜੀ ਜਦੋਂ ਕਿਤੇ ਜਾਣਾ ਹੁੰਦਾ ਨਾ ਨੀਂਦ ਹੀ ਨਹੀਂ ਆਉਂਦੀ ਕਿਤੇ ਕਿਤੇ ਨਾਲ ਇੰਨਾ। ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਗਾਇਸ ਪੈਕਿੰਗ ਪੂਰੀ ਜ਼ਿਆਦਾ ਕਰ ਲਈ ਹੈ। ਭੋਲਾ ਸਾਹਿਬ ਐਂ ਕਰਦੇ ਜਿਵੇਂ ਆਪਾਂ ਇੰਡੀਆ ਟੂਰ ਚੱਲੇ ਹੁੰਦੇ ਹਾਂ, ਇੰਨੇ ਮੰਮੀ ਬੈਗ 1, 2, 3, 4, 5, 6, 7, 8, 9, 10, 11, 12 ਬੈਗ ਕਰ ਲਏ ਮੀ। ਅਸੀਂ ਸਾਨੂੰ ਪਤਾ ਜਦੋਂ ਜਦੋਂ ਆਹ ਬੈਗ ਨਿਕਲਦਾ ਉਦੋਂ ਉਦੋਂ ਕੋਈ ਖਮਾਦਾਰ ਧਮਾਕੇਦਾਰ ਚੀਜ਼ਾਂ ਨਿਕਲਣਾ। ਅਸੀਂ ਸਵੇਰੇ 6 ਵਜੇ ਪੂਰੇ ਗੱਡੀ 'ਚ ਬਹਿ ਗਏ ਅਤੇ ਲੇਕਿਨ 7 ਘਰ ਹੀ ਵੱਜ ਚੁੱਕੇ ਨੇ। ਭੋਲਾ ਸਾਹਿਬ ਜਾਣ ਦਾ ਇਰਾਦਾ ਹੈਗਾ ਆਪਣਾ? ਤੁਸੀਂ ਲੇਟ ਕਰਾਇਆ ਤੁਸੀਂ, ਠੀਕ ਹੈ 6 ਵਜੇ ਨਿਕਲਣਾ, ਛੇਤੀ ਕਰੋ। ਅਤੇ ਜਿਹੜੇ 10 ਬੈਗ ਤਿਆਰ ਕਰਤੇ ਕਿੰਨੇ ਚੁੱਕਣੇ ਬਾਅਦ 'ਚੋਂ? ਗਾਇਸ ਬੰਦੇ ਸਾਡੇ ਤਿਆਰੀ ਐਂ ਕਰਦੇ ਆ, ਪਾਣੀ ਪਾਣੀ ਮਿਲਣਾ ਹੀ ਨੀ, ਐਵੇਂ ਯੁਗਾਂਡਾ ਚੱਲੇ ਆ। ਜਿਹੜਾ ਬੈਗ ਕਹਿੰਦੇ ਖਾਣ ਪੀਣ ਦਾ ਬੈਗ, ਖਾਣ ਪੀਣ ਇੰਡੀਆ ਚੱਲੇ, ਬਾਲੀ ਥੋੜੀ ਚੱਲੇ, ਜਿਹੜਾ ਖਾਣ ਪੀਣ ਕੋਈ ਮਿਲਣਾ ਨੀ ਤੁਹਾਨੂੰ।
ਗਾਈਸ 300 ਕਿਲੋਮੀਟਰ ਆ ਗਏ ਆ ਤੇ ਟੀ ਬ੍ਰੇਕ ਹੋ ਗਈ ਆ, ਸਾਰੇ ਜਣੇ ਟੀ ਟੀ ਇੰਜੋਏ ਕਰਨ ਦੇ ਆ, ਤੁਸੀਂ ਵੀ ਟੀ ਟੀ ਬ੍ਰੇਕ ਪੀ ਕੇ ਸਾਡਾ ਵਲੌਗ ਇੰਜੋਏ ਕਰੋ। ਮਤਲਬ ਸਭ ਡੈਣੀ ਡੈਣੀ ਗਾਈਸ ਕੁਛ ਕਰਨ ਦਿਆ ਸ਼ਿਪਿੰਗ, ਆਹੋ ਰਾਤ ਨੇ ਜਦੋਂ ਜਿੱਥੇ ਆਪਾਂ ਰੁਕਣਾ ਫਿਰ ਨੇ ਕਹਿਣਾ ਮੈਂ ਸੋਣਾ ਨੀ, ਤੁਸੀਂ ਸਾਨੂੰ ਨੀਂਦ ਆਣੀ, ਇਹਨੇ ਕਹਿਣਾ ਜਗਰਾਤਾ ਕਰੋ, ਛੇਤੀ ਜਲਦੀ ਉੱਠ ਕੇ ਹੋਰ ਅੱਗੇ ਨਿਕਲਣਾ ਕਿਉਂਕਿ ਅਸੀਂ ਇੱਕ ਦਿਨ 'ਚ ਉਹ ਡੈਸਟੀਨੇਸ਼ਨ 'ਚ ਨਹੀਂ ਪਹੁੰਚ ਸਕਦੇ, ਦੋ ਦਿਨ ਲੱਗਣੇ ਆ। ਅੱਜ ਰੀਚ ਡੈਡ ਮਾਏ ਨੂੰ ਭਾਲੂ ਤੇ ਨਾ ਭਾਲੂ ਭਾਲੂ ਦੇ ਨਾਂ, ਭਾਲੂ ਨੇ ਆਪਣੇ ਨਾਂ ਦਾ ਪਿੰਡ ਬਣਾਇਆ ਤੇ ਸਾਨੂੰ ਦੱਸਿਆ ਨਹੀਂ ਇੱਕ ਗੱਡੀ ਦਾ ਪ੍ਰਦੂਸ਼ਣ ਖਾਣਾ ਪੂਰੇ ਰਸਤੇ, ਪ੍ਰਦੂਸ਼ਣ ਸੈਂਟਰ ਨਹੀਂ ਮਿਲਣ ਦਿਆ, ਉਹ ਜਿੱਥੇ ਮਰਜ਼ੀ ਜਾਓ ਪ੍ਰਦੂਸ਼ਣ ਪ੍ਰਦੂਸ਼ਣ ਹਰ ਜਗ੍ਹਾ ਇੱਥੇ ਆ ਜੇ ਨਾ। ਫਾਈਨਲੀ ਗਾਈਸ ਫਾਈਨਲੀ 400-500 ਕਿੰਨੇ ਕਿਲੋਮੀਟਰ, ਇਹ 300 ਕਿਲੋਮੀਟਰ ਤੋਂ ਬਾਅਦ ਸਾਨੂੰ ਪ੍ਰਦੂਸ਼ਣ ਸੈਂਟਰ ਮਿਲਿਆ। ਗੁੰਮੀ ਕਹਾਂ ਗਿਆ, ਕਹਾਂ ਜਾ ਰਿਹਾ ਗੁੰਮੀ, ਬੜਾ ਘੁੰਮਦਾ। ਗਾਈਸ ਅੱਜ ਦਾ ਸਟੇ ਆਪਾਂ ਰਾਤ ਦਾ ਜੋਧਪੁਰ ਸਿਟੀ ਵਿੱਚ ਕਰਾਂਗੇ, ਸਵੇਰ ਦੀ ਚਾਹ ਅੰਮ੍ਰਿਤਸਰ, ਰਾਤ ਦਾ ਡਿਨਰ ਜੋਧਪੁਰ, ਏਦਾਂ ਹੀ ਹੁੰਦਾ ਇੰਡੀਆ ਟੂਰ ਵਿੱਚ। ਆਹੋ ਕਰੋ, ਆਪਾਂ ਸਾਰਾ ਕੁਝ ਪੈਕ ਕਰਕੇ ਇੱਕ ਜਗ੍ਹਾ ਨਹੀਂ ਰੁਕੇ, ਆਪਾਂ ਆਹ ਸ਼ੂਟਰ ਹੀ ਗਏ। ਓਏ ਹੋਏ ਗਾਈਸ, ਉਹ ਅੰਮ੍ਰਿਤਸਰ ਜਮੁਨਾ ਐਕਸਪ੍ਰੈਸ ਹਾਈਵੇ, ਓਏ ਹੋਏ ਹੋਏ ਜਾਮਨਗਰ ਹਾਈਵੇ, ਬਸ ਕਰੂਜ਼ ਹੀ ਲਾਣਾ 100 ਦਾ, ਨਾ ਤੁਹਾਡੀ ਬ੍ਰੇਕ ਵੱਜਦੀ ਨਾ ਕੁਛ ਹੋਣਾ, ਸਿੱਧੀ ਸ਼ੂਟਰ ਗੱਡੀ ਜਾਈ ਜਾਣੀ ਜਾਈ ਜਾਣੀ, ਕਿਤੇ ਨੀ ਬ੍ਰੇਕ ਲੱਗਣੀ, ਬੜਾ ਹੀ ਨਜ਼ਾਰੇਦਾਰ ਹਾਈਵੇ, ਮਜ਼ਾ ਆ ਗਿਆ। ਕਰੂਜ਼ ਇੱਥੇ ਕਰੂਜ਼ ਦਾ ਅੱਜ ਪਹਿਲੀ ਵਾਰੀ ਫਾਇਦਾ ਉਠਾਇਆ ਜੀ, ਨਹੀਂ ਤਾਂ ਅੱਗੇ ਆਪਾਂ ਇੰਡੀਆ ਟੂਰ ਉਹ ਵੈਸਟਰਨ ਐਕਸਪ੍ਰੈਸ ਹਾਈਵੇ ਬੰਬੇ ਉਹਦੇ ਲੱਗਦੇ ਨੇ, ਉਹਦੇ ਇੰਨਾ ਜਾਮ ਹੁੰਦਾ ਹਾਈਵੇ 'ਚ, ਇਹ ਬਹੁਤ ਮਜ਼ੇਦਾਰ ਹਾਈਵੇ ਸੀ। ਜਦੋਂ ਇੱਧਰ ਰੋਡ 'ਤੇ ਟਰੈਵਲ ਕਰੋ ਚੁੱਪ ਚੁੱਪ ਅੰਮ੍ਰਿਤਸਰ ਜਮੁਨਾ ਨਗਰ ਐਕਸਪ੍ਰੈਸ ਹਾਈਵੇ ਫੜ ਲਓ, ਸ਼ੂਟਰੀ ਜਾਮਨਗਰ ਗਾਈਸ। ਫਾਈਨਲੀ ਉਦੈਪੁਰ, ਉਦੈਪੁਰ ਕਹਿਣ ਦਿਆ ਜੋਧਪੁਰ ਪਹੁੰਚ ਗਏ ਹਾਂ, ਫੂਡ ਆਪਾਂ ਔਡਰ ਕਰਤਾ ਜ਼ੋਮੈਟੋ, ਜਿੰਦਾ ਬਾਤ ਹੈ, ਪੱਲਾ ਸਾਹਿਬ ਢਿੱਲੇ ਪੈ ਗਏ ਨੇ, ਡੈਣੀ ਉੱਤੇ ਫੋਨ ਨੂੰ ਲੱਗਾ, ਮੰਮੀ ਇੱਧਰ ਆਪਣੀ ਚਾਹ ਨੂੰ ਲੱਗੇ ਨੇ, ਇਹੀ ਲਾਈਫ ਹੈ ਇੱਥੇ, ਗਰਮੀਆਂ ਯਾਰ ਮੈਨੂੰ ਤਾਂ ਪਸੀਨੇ ਛੁੱਟਣ ਦਿਆ, ਮੈਂ ਉਹ ਤੋਂ ਗਰਮ ਬਨੈਣ ਵੀ ਪਾਈ ਆ। ਇੰਡੀਆ 'ਚ ਵੇਖ ਲਓ ਇੱਕ ਛੋਟੀ ਜਿਹੀ ਕੰਟਰੀ ਆ, ਅਤੇ ਇੱਕ ਕੰਟਰੀ 'ਚ ਵੱਖ ਵੱਖ ਤਰ੍ਹਾਂ ਦੇ ਮੌਸਮ ਹਰ ਜਗ੍ਹਾ। ਜਿੱਥੇ ਆਪਾਂ ਬੁੱਕ ਕੀਤਾ ਉੱਥੇ ਕਿਸੇ ਦੀ ਮੈਰਿਜ ਵੀ ਚੱਲ ਰਹੀ ਆ, ਮੈਂ ਤਾਂ ਮੰਮੀ ਸੋਚਣੇ ਹਾਂ ਕਿ ਮੈਰਿਜ 'ਤੇ ਜਾ ਕੇ ਰੋਟੀ ਖਾਈਏ, ਚੱਲੀਏ ਮੰਮੀ, ਬਲੌਗ ਬਣ ਜਾਣਾ ਲੈਂਡ, ਤਾਂ ਹੀ ਕਹੋ ਅਸੀਂ ਇਹੀ ਹੋਟਲ 'ਚ, ਤਾਂ ਕੀ ਤੁਹਾਨੂੰ ਵੀ ਸੱਦਿਆ ਇਹਨਾਂ ਕੋਲ, ਅਸੀਂ ਸਪੈਸ਼ਲ ਆਏ ਪੰਜਾਬੋਂ। ਜੋਧਪੁਰ ਆ ਗਏ ਆਪਾਂ, ਆਰਡਰ ਕਰਨੇ ਆ ਵਾਹ ਜੀ ਵਾਹ ਤੋਂ, ਵਾਹ ਜੀ ਵਾਹ, ਦਾਲ ਦਾਲ ਮੱਖਣੀ ਸਾਨੂੰ ਕੰਪਲੀਮੈਂਟ ਦੀ ਮਿਲੀ, ਕੁਆਂਟਿਟੀ ਬੜੀ ਘੱਟ ਘੱਟ ਇੱਥੇ ਮੰਮੀ, 150 ਲੈ ਗਏ ਚੌਧਰੀ, ਲੈਟਸ ਇੰਜੋਏ ਪਾਲਾ ਸਾਹਿਬ, ਔਰ ਰਾਈਟ ਔਰ ਨੋਟ ਗਾਈਸ, ਗੁੱਡ ਮੋਰਨਿੰਗ ਫਰੋਮ ਜੋਧਪੁਰ ਸਿਟੀ, ਕਾਓ ਫਾਰਮ ਦੇਖੋ, ਕਾਓ ਹੀ ਕਾਓ ਹੀ ਪੀ ਹੈ, ਸਿਟੀ ਆਫ ਕਾਓ, ਇੱਧਰ ਕਿਸੇ ਦੀ ਮੈਰੀ ਚੱਲਣ ਦੀ ਹੈ ਤੇ ਥੱਲੇ ਜਿੱਦਾਂ ਦੇ ਪਕੌੜੇ ਦੇ ਚਾਹ ਚੱਲਣ ਦੀ, ਇਹ ਨਾ ਚੱਲੀਏ ਇੱਥੋਂ ਖਾ ਲਈਏ, ਹੈਂ ਐਵੇਂ ਆਪਾਂ ਬ੍ਰੇਕਫਾਸਟ ਇੰਕਲੂਡ ਕਰਾਇਆ, ਬ੍ਰੇਕਫਾਸਟ ਤੋਂ ਫਰੀ 'ਚ ਕੰਪਲੀਮੈਂਟ ਹੀ ਮਿਲ ਜਾਣਾ ਸੀ, ਉਹਨਾਂ ਨੂੰ ਕਹਿਣਾ ਸੀ ਵਿਆਹ 'ਤੇ ਆਏ, ਸਭ ਤੋਂ ਸ਼ੈਤਾਨ ਬੰਦਾ ਆਈ, ਰਾਤ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਜਾਗ ਨਹੀਂ ਹੁੰਦੀ, ਔਰ ਨੀਂਦ 'ਚ ਬੋਲੀ ਜਾਂਦੀ ਡੱਡੂ ਜੀ। ਗਾਈਜ਼ ਜੋਧਪੁਰ ਇਜ਼ ਅ ਬਲੂ ਸਿਟੀ, ਜੈਸਲਮੇਰ ਗੋਲਡਨ ਸਿਟੀ, ਜੈਪੁਰ ਪਿੰਕ ਸਿਟੀ, ਸਾਡੀ ਸਿਰਫ ਜੋਧਪੁਰ ਸਿਟੀ ਰਹਿ ਗਈ ਰਾਜਸਥਾਨ ਵਿੱਚ ਐਕਸਪਲੋਰ ਕਰਨ ਲਈ, ਉਹ ਵੀ ਆਪਾਂ ਕਰ ਲੈਣੀ, ਲੇਕਿਨ ਹੁਣ ਨਹੀਂ ਹੋਣੀ, ਹੁਣ ਆਪਾਂ ਅੱਗੇ ਜਾਣਾ ਆਉਂਦੇ ਆਉਂਦੇ ਰਸਤੇ 'ਚ, ਫਿਰ ਜੋਧਪੁਰ ਸਿਟੀ ਐਕਸਪਲੋਰ ਕਰਾਂਗੇ, ਤੁਹਾਨੂੰ ਜੋਧਪੁਰ ਦੇ ਵਲੌਗ ਵਿਖਾਵਾਂਗੇ, ਉਹ ਵਲੌਗ ਨੂੰ ਵੇਖਣ ਲਈ ਲਾਈਕ ਕਮੈਂਟ ਸ਼ੇਅਰ ਹੁਣੇ ਕਰ ਦਿਓ। ਫਰੂਟ ਹੀ ਪਾਓ, ਫਰੂਟ ਹੀ ਪਾਓ, ਫਰੂਟ ਹੀ ਠੀਕ ਜੇ, ਦੂਜੀ ਚੀਜ਼ਾਂ ਖਾਓ, ਡੋਨਟ ਡੋਨਟ ਵੀ ਗਏ ਜੀ, ਬ੍ਰੇਕਫਾਸਟ ਠੀਕ ਹੀ, ਪੈ ਜਾਓ ਪੈ ਜਾਓ, ਸੈਂਡਵਿਚ ਸੈਂਡਵਿਚ।
ਪਹਿਲੇ ਖਾ ਤੇ ਲੋ, ਪਹਿਲੇ ਪੈਕ ਦੀ ਪੈ ਗਈ ਸਾਰਿਆਂ ਨੂੰ ਨਿਕਲੀ ਹੁਣ ਆਪਣੀ ਨੈਕਸਟ ਡੈਸਟੀਨੇਸ਼ਨ ਅਹਿਮਦਾਬਾਦ ਕੀ ਤਰਫ ਅਹਿਮਦਾਬਾਦ ਅੱਜ ਆਪਾਂ ਪਹੁੰਚਣਾ ਹੀ ਪਹੁੰਚਣਾ ਕਿਸੇ ਵੀ ਹਾਲਤ ਤੇ ਚਲੋ ਸਾਹਿਬ ਡਾਕਟਰ ਨੂੰ ਚੈੱਕ ਕਰਾ ਲਈਏ ਪਹਿਲਾਂ ਫਿਰ ਨਿਕਲਦੇ ਜਿੰਨਾ ਤੁਸੀਂ ਕਹਿੰਦੇ ਗੋਲੀਆਂ ਤੋਂ ਦੂਰ ਹੁੰਦੀਆਂ ਤੁਹਾਨੂੰ ਖਾਣੀਆਂ ਪੈਂਦੀਆਂ ਕੋਈ ਘੁੰਮਣਾ ਹੈ ਧੋਰ ਹੀ ਬਸ ਉਹਦਾ ਬੀ ਪੀ ਉਹ ਨੋਰਮਲ ਹੈ ਲੇਕਿਨ ਉਹ ਆਉਂਦੇ ਡ੍ਰਿਪ ਲਗਾ ਲਓ ਵੀਕਨੈਸ ਜ਼ਿਆਦਾ ਹੈ ਤੁਸੀਂ ਖਾਧਾ ਕੁਛ ਖਾਧਾ ਬ੍ਰੇਕਫਾਸਟ ਕੁਛ ਪਚ ਹੀ ਗਈ ਅੱਜ ਨਾ ਥੋੜਾ ਫਰਕ ਹੈ ਉਹਨਾਂ ਦਾ ਪੇਟ ਖਰਾਬ ਹੋ ਗਿਆ ਤੁਹਾਡਾ ਬੀ ਪੀ ਬੂ ਪੀ ਦਵਾਈ ਖਾਣਾ ਚਾਹੀਦਾ ਬੇਸ਼ੱਕ ਆਪਣੀ ਦਵਾਈ ਨਾਲ ਲੈ ਕੇ ਜਾਓ ਚੰਗੀ ਸਿਹਤ ਬਣਾਈ ਹੁੰਦੀ ਆ ਬਾਹਰ ਇੱਕ ਦਿਨ ਜੇ ਪਤਲੀ ਲੱਗਣ ਲੱਗ ਪਈ ਕੰਗੜੂ ਸਿੰਪਲ ਦਾਲ ਰੋਟੀ ਜੋ ਦਾਲ ਰਾਜਸਥਾਨ ਤੋਂ ਬਾਅਦ ਮਿਲਦੀ ਨਾ ਪੀਲੀ ਉਹ ਸਾਡੇ ਅੰਮ੍ਰਿਤਸਰ ਨਹੀਂ ਮਿਲ ਸਕਦੀ ਅਤੇ ਉੱਧਰ ਪੰਜਾਬ 'ਚ ਕਾਲੀ ਉਹ ਇੱਧਰ ਨਹੀਂ ਮਿਲ ਸਕਦੀ ਹਾਂ 260 ਜੀ ਐਂਡ ਹੋ ਗਏ ਗਾਈਸ ਆ ਜੇ ਠੰਡ ਕਰਾ ਗਏ ਜੇ ਨਾ ਅਸੀਂ ਕਹਿੰਦੇ ਕਿ 200 ਰੁਪਏ ਦਾ ਕੀ ਆਉਂਦਾ ਵੀ 200 ਰੁਪਏ ਨਾਲ ਤਿੰਨ ਜਣੇ ਪੇਟ ਭਰ ਕੇ ਰੋਟੀ ਖਾ ਗਏ ਹਾਂ ਇਹ ਠੀਕ ਆ ਫੈਸਿਲਿਟੀ ਤਗੜੀ ਆ ਨਾ ਜੀਓ ਜੀਓ ਦੇ ਪੰਪ ਬਣ ਗਏ ਨਾ ਪਹਿਲਾਂ ਰਿਲਾਇੰਸ ਹੀ ਜੀਓ ਘੈਂਟ ਆ ਨਾਲੇ ਕੰਮ ਵਾਸ਼ਰੂਮ ਬੜੇ ਘੈਂਟ ਆ ਫ੍ਰੀ ਆਵੀ ਆਵੀ ਇਹ ਸਾਡੇ ਅੰਮ੍ਰਿਤਸਰ ਵੀ ਕਰਦੇ ਅਲਫਾ ਵਨ ਦੇ ਲਾਗੇ ਵਾਲਾ ਪੰਪ ਕਰਦਾ ਹੁੰਦਾ ਵਾ ਕਦੀ ਕਦੇ ਮਸਾ ਪੁੱਜਿਆ ਗਾਈਸ ਬੰਦੇ ਦੀ ਮੈਰਿਜ ਤੇ ਆਏ ਆ ਤੇ ਅਸੀਂ ਆਪ ਹੀ ਲੇਟ ਹੋ ਗਏ ਹਾਂ ਚੌਧਰੀ ਹੈ ਪੂਰੇ ਘੱਟ ਟੂ ਘੱਟ ਚੱਲਣੇ ਆ ਚਲੋ ਛੇਤੀ ਛੇਤੀ ਰੇਡੀ ਹੋਵੋ ਰੇਡੀ ਹੋ ਕੇ ਮਿਲਦੇ ਤੁਹਾਨੂੰ ਗਾਈਸ ਹੋਰ ਫੈਮਿਲੀ ਰੇਡੀ ਬੜਾ ਖਲ ਬੈਠੀ ਆ ਇੱਥੇ ਲਈ ਪੈ ਜਾਂਦੀ ਆ ਬੜੀ ਤੇਜ਼ ਤੇ ਥਾਲੀ ਬੜੀ ਵੱਡੀ ਆ ਏਦਾਂ ਦੀ ਚਾਹੀਦੀ ਪੰਜਾਬ ਚ ਵੀ
ਗਾਈਸ ਗੁੱਡ ਆਫਟਰਨੂਨ ਫਰੋਮ ਅਹਿਮਦਾਬਾਦ ਸਿਟੀ। ਅਹਿਮਦਾਬਾਦ ਲਿਟਲ ਬਿਟ ਨਾ ਆਪਾਂ ਨੂੰ ਬੰਬੇ ਵਾਂਗੂ ਲੱਗਦਾ, ਜਿਵੇਂ ਮੈਂ ਸੇਂਟ ਰੈਜੀ ਸਾਂ ਅਤੇ ਸਾਹਮਣੇ ਅੰਬਾਨੀ ਦਾ ਘਰ ਹੈ, ਸੇਂਟ ਰੈਜੀ ਦੇ ਸਾਹਮਣੇ ਅੰਬਾਨੀ ਦਾ ਘਰ ਹੁੰਦਾ ਨਾ, ਇੱਦਾਂ ਦੀ ਫੀਲਿੰਗ ਆ ਰਹੀ ਹੈ। ਗੁੱਡ ਸਿਟੀ ਆ, ਲੇਕਿਨ ਲਾ ਰਾਤ ਜੋ ਇਹਨਾਂ ਦੇ ਰਿਚੁਅਲਸ ਨੇ ਉਹ ਬੰਦੇ ਦਾ ਜਲੂਸ ਹੀ ਕੱਢਤਾ ਉਹਨਾਂ ਨੇ, ਕੱਪੜੇ ਪਾੜ ਪਾੜ ਕੇ ਉੱਥੋਂ ਐਂ ਦਿਲ ਕਾਰਟੂਨ ਸ਼ਾਰਟੂਨ ਪਤਾ ਨਹੀਂ ਕੀ ਕੁਛ ਕੀਤਾ ਦਾ। ਚਲੋ ਆਪਣੇ ਆਪਣੇ ਸਾਰਿਆਂ ਦੇ ਹੁੰਦੇ ਆ, ਕਰਨੇ ਵੀ ਆ, ਜ਼ਰੂਰੀ ਹੁੰਦੇ ਆ। ਅਤੇ ਗਾਈਸ ਫਿਰ ਅੱਜ ਦਾ ਵਲੋਗ ਇੰਨਾ ਹੀ ਰੱਖਦੇ ਹਾਂ। ਹੁਣ ਨੈਕਸਟ ਅੱਜ ਦਾ ਮੈਰਿਜ ਆ, ਅਤੇ ਮੈਰਿਜ ਦੀ ਆਪਾਂ ਤਿਆਰੀ ਕਰ ਲਈ ਆ, ਤਿਆਰ ਆਪਾਂ ਹੋ ਗਏ ਹਾਂ, ਹੁਣ ਲੰਚ ਕਰਨ ਚੱਲੇ ਹਾਂ। ਅਤੇ ਆਹ ਵਲੋਗ ਨੂੰ ਇੰਨਾ ਰੱਖਦੇ ਹਾਂ। ਵੀਡੀਓ ਪਸੰਦ ਆਈ ਸਮੈਸ਼ ਦਾ ਲਾਈਕ ਬਟਨ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਆਪਕੋ ਮਿਲੇ ਅਗਲੇ ਮੈਂ। ਤਬ ਤੱਕ ਲਈ ਆਸਤਾ ਲਈ ਵਾਸਤਾ, ਨੈਕਸਟ ਵਲੋਗ ਮੈਰਿਜ ਵਲੋਗ, ਮੈਰਿਜ ਦੇ ਰਿਚੁਅਲ ਵੇਖਣ ਲਈ ਵਲੋਗ ਨੂੰ ਵੇਖਿਓ। ਹੋਰ ਕੀ ਵੇਖੋਗੇ ਤਾਂ ਹੀ ਪਤਾ ਚੱਲੂਗਾ ਗੁਜਰਾਤ 'ਚ ਮੈਰਿਜ ਕਿੱਦਾਂ ਹੁੰਦੀ ਹੈ।